ਸਾਹਿਬ ਕੀ ਪ੍ਰੋਗਰਾਮ ਰੱਖਿਆ ਗਿਆ ਸੀ ਔਰ ਹੁਣ ਅੱਗੇ ਦਾ ਕੀ ਪ੍ਰੋਗਰਾਮ ਰਹਿਣ ਵਾਲਾ? ਇਸ ਵੇਲੇ ਤੁਸੀਂ ਇੱਥੇ ਇਕੱਠੇ ਹੋਏ ਹੋ? ਆ ਦੇਖੋ, ਅਸੀਂ ਨਾ ਹੁਣ ਸਰਕਾਰ ਨਾਲ ਗੱਲ ਕਰ ਰਹੇ ਹਾਂ ਵੀ ਸਾਡਾ ਤਾਂ SP ਵਾਲਾ ਪ੍ਰੋਗਰਾਮ ਤਾਂ ਰੱਦ ਹੋ ਗਿਆ, ਇਹ ਮੁੰਡਾ ਛੱਡਤਾ ਸਾਡਾ। ਦੇਖੋ ਹੁਣ ਸੀਗਾ ਵੀ ਮੰਡੀ ਜਾਈਏ ਤੇ ਸਾਰੇ ਇਕੱਠੇ ਹੋ ਕੇ ਤੇ ਉਹਦਾ ਸਨਮਾਨ ਕਰਕੇ ਉਹਨੂੰ ਸ਼ੰਭੂ ਬਾਰਡਰ ਤੇ ਲੈ ਕੇ ਜਾਈਏ, ਠੀਕ ਆ? ਇਹ 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 ਗੱਲ ਕਰਨੀ ਸੀ। ਹੁਣ ਸਾਡੀ SP ਅੰਬਾਲਾ ਨਾਲ ਗੱਲਬਾਤ ਹੋਈ ਆ ਵੀ ਚੰਡੀਗੜ੍ਹ ਗੱਲ ਕਰੋ, ਸਾਡੇ ਗ੍ਰਿਫਤਾਰ ਕੀਤੇ ਆਗੂ ਛੱਡ ਦਿਓ, ਠੀਕ ਆ, ਔਰ ਸਾਨੂੰ ਮੰਡੀ ਚ ਪ੍ਰੋਗਰਾਮ ਕਰਕੇ ਵਾਪਸ ਸ਼ੰਭੂ ਜਾਣ ਦਿਓ। ਸਾਡਾ ਇਹੀ ਪ੍ਰੋਗਰਾਮ ਆ, ਹੋਰ ਕੋਈ ਪ੍ਰੋਬਲਮ ਨਹੀਂ। ਤੁਹਾਨੂੰ ਕੋਈ ਖਤਰਾ ਸਾਡੇ ਤੋਂ ਵੀ ਲਾਂਡ ਆਰਡਰ ਦਾ ਮਸਲਾ ਖੜਾ ਕਰਾਂਗੇ, ਕੁਝ ਵੀ ਅਜਿਹਾ ਕਰਾਂਗੇ, ਤੁਸੀਂ ਸਾਡੇ ਨਾਲ ਗੱਲ ਕਰ ਲਓ। ਹੁਣ ਉਹ ਕਹਿ ਰਹੇ ਵੀ ਮੈਂ ਚੰਡੀਗੜ੍ਹ ਗੱਲ ਕਰਦਾ। ਅੱਛਾ, ਮੰਡੀ ਦਾਣਾ ਮੰਡੀ ਤੁਸੀਂ ਅੰਬਾਲਾ ਦੀ ਗੱਲ ਕਰ ਰਹੇ ਸੀ ਤਾਂ ਉੱਥੇ ਜਾਣ ਤੋਂ ਰੋਕਿਆ ਗਿਆ ਫਿਰ? ਹਾਂ ਦੇਖੋ, ਉੱਥੇ ਗਏ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਵਾ, ਲਗਭਗ ਅੰਬਾਲਾ ਸਾਰਾ ਸੀਲ ਕੀਤਾ ਹੋਇਆ ਵੀ ਉਹਨਾਂ ਨੇ ਕਿਹਾ ਵੀ ਸਰਕਾਰ ਦੇ ਨਿਰਦੇਸ਼ ਆ, ਚਲੋ ਪੁਲਿਸ ਦੇ ਤਾਂ ਨਹੀਂ, ਹਰਿਆਣਾ ਸਰਕਾਰ ਦੇ ਨਿਰਦੇਸ਼ ਆ ਵੀ ਇਹਨਾਂ ਨੂੰ ਅੰਬਾਲੇ ਦਾਖਲ ਹੋਣ ਨਹੀਂ ਦੇਣਾ। ਹਾਂ, ਤੇ ਉਹਨਾਂ ਨੇ ਦਾਖਲ ਕਰੇ ਚਲੇ, ਦਾਖਲ ਨਹੀਂ ਹੋਣ ਦਿੱਤਾ ਹੈਗਾ। ਅਤੇ ਕਿੰਨੇ ਕੁ ਲੋਕ ਜਿਹੜੇ ਕਿਹੜੇ ਕਿਹੜੇ ਆਗੂ ਗ੍ਰਿਫਤਾਰ ਕੀਤੇ ਗਏ ਨੇ? ਦੇਖੋ, ਵੱਡੇ ਆਗੂਆਂ ਚ ਅਮਰਜੀਤ ਸਿੰਘ ਜੀ ਮੋੜੀ ਆ, ਜਸਵਿੰਦਰ ਸਿੰਘ ਜੀ ਲੌਂਗੋਵਾਲ ਆ ਪੰਜਾਬ ਤੋਂ, ਰਣਜੀਤ ਸਿੰਘ ਜੀ ਰਾਜੂ ਰਾਜਸਥਾਨ ਤੋਂ, ਇਹ ਤਿੰਨ ਲੀਡਰ ਨੇ ਮੇਨ ਉਹਨਾਂ ਚ, ਬਾਕੀ ਵੀ ਲੀਡਰ ਹਰਿਆਣਾ ਦੇ ਹੈਗੇ। ਪੰਦੇਰ ਸਾਹਿਬ ਕੀ ਪ੍ਰੋਗਰਾਮ ਰੱਖਿਆ ਗਿਆ ਸੀ ਔਰ ਹੁਣ ਅੱਗੇ ਦਾ ਕੀ ਪ੍ਰੋਗਰਾਮ ਰਹਿਣ ਵਾਲਾ? ਇਸ ਵੇਲੇ ਤੁਸੀਂ ਇੱਥੇ ਇਕੱਠੇ ਹੋਏ ਹੋ? ਆ ਦੇਖੋ, ਅਸੀਂ ਨਾ ਹੁਣ ਸਰਕਾਰ ਨਾਲ ਗੱਲ ਕਰ ਰਹੇ ਹਾਂ ਵੀ ਸਾਡਾ ਤਾਂ SP ਵਾਲਾ ਪ੍ਰੋਗਰਾਮ ਤਾਂ ਰੱਦ ਹੋ ਗਿਆ, ਇਹ ਮੁੰਡਾ ਛੱਡਤਾ ਸਾਡਾ। ਦੇਖੋ ਹੁਣ ਸੀਗਾ ਵੀ ਮੰਡੀ ਜਾਈਏ ਤੇ ਸਾਰੇ ਇਕੱਠੇ ਹੋ ਕੇ ਤੇ ਉਹਦਾ ਸਨਮਾਨ ਕਰਕੇ ਉਹਨੂੰ ਸ਼ੰਭੂ ਬਾਰਡਰ ਤੇ ਲੈ ਕੇ ਜਾਈਏ, ਠੀਕ ਆ? ਇਹ 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 ਗੱਲ ਕਰਨੀ ਸੀ। ਹੁਣ ਸਾਡੀ SP ਅੰਬਾਲਾ ਨਾਲ ਗੱਲਬਾਤ ਹੋਈ ਆ ਵੀ ਚੰਡੀਗੜ੍ਹ ਗੱਲ ਕਰੋ, ਸਾਡੇ ਗ੍ਰਿਫਤਾਰ ਕੀਤੇ ਆਗੂ ਛੱਡ ਦਿਓ, ਠੀਕ ਆ, ਔਰ ਸਾਨੂੰ ਮੰਡੀ ਚ ਪ੍ਰੋਗਰਾਮ ਕਰਕੇ ਵਾਪਸ ਸ਼ੰਭੂ ਜਾਣ ਦਿਓ। ਸਾਡਾ ਇਹੀ ਪ੍ਰੋਗਰਾਮ ਆ, ਹੋਰ ਕੋਈ ਪ੍ਰੋਬਲਮ ਨਹੀਂ। ਤੁਹਾਨੂੰ ਕੋਈ ਖਤਰਾ ਸਾਡੇ ਤੋਂ ਵੀ ਲਾਂਡ ਆਰਡਰ ਦਾ ਮਸਲਾ ਖੜਾ ਕਰਾਂਗੇ, ਕੁਝ ਵੀ ਅਜਿਹਾ ਕਰਾਂਗੇ, ਤੁਸੀਂ ਸਾਡੇ ਨਾਲ ਗੱਲ ਕਰ ਲਓ। ਹੁਣ ਉਹ ਕਹਿ ਰਹੇ ਵੀ ਮੈਂ ਚੰਡੀਗੜ੍ਹ ਗੱਲ ਕਰਦਾ। ਅੱਛਾ, ਮੰਡੀ ਦਾਣਾ ਮੰਡੀ ਤੁਸੀਂ ਅੰਬਾਲਾ ਦੀ ਗੱਲ ਕਰ ਰਹੇ ਸੀ ਤਾਂ ਉੱਥੇ ਜਾਣ ਤੋਂ ਰੋਕਿਆ ਗਿਆ ਫਿਰ? ਹਾਂ ਦੇਖੋ, ਉੱਥੇ ਗਏ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਵਾ, ਲਗਭਗ ਅੰਬਾਲਾ ਸਾਰਾ ਸੀਲ ਕੀਤਾ ਹੋਇਆ ਵੀ ਉਹਨਾਂ ਨੇ ਕਿਹਾ ਵੀ ਸਰਕਾਰ ਦੇ ਨਿਰਦੇਸ਼ ਆ, ਚਲੋ ਪੁਲਿਸ ਦੇ ਤਾਂ ਨਹੀਂ, ਹਰਿਆਣਾ ਸਰਕਾਰ ਦੇ ਨਿਰਦੇਸ਼ ਆ ਵੀ ਇਹਨਾਂ ਨੂੰ ਅੰਬਾਲੇ ਦਾਖਲ ਹੋਣ ਨਹੀਂ ਦੇਣਾ। ਹਾਂ, ਤੇ ਉਹਨਾਂ ਨੇ ਦਾਖਲ ਕਰੇ ਚਲੇ, ਦਾਖਲ ਨਹੀਂ ਹੋਣ ਦਿੱਤਾ ਹੈਗਾ। ਅਤੇ ਕਿੰਨੇ ਕੁ ਲੋਕ ਜਿਹੜੇ ਕਿਹੜੇ ਕਿਹੜੇ ਆਗੂ ਗ੍ਰਿਫਤਾਰ ਕੀਤੇ ਗਏ ਨੇ? ਦੇਖੋ, ਵੱਡੇ ਆਗੂਆਂ ਚ ਅਮਰਜੀਤ ਸਿੰਘ ਜੀ ਮੋੜੀ ਆ, ਜਸਵਿੰਦਰ ਸਿੰਘ ਜੀ ਲੌਂਗੋਵਾਲ ਆ ਪੰਜਾਬ ਤੋਂ, ਰਣਜੀਤ ਸਿੰਘ ਜੀ ਰਾਜੂ ਰਾਜਸਥਾਨ ਤੋਂ, ਇਹ ਤਿੰਨ ਲੀਡਰ ਨੇ ਮੇਨ ਉਹਨਾਂ ਚ, ਬਾਕੀ ਵੀ ਲੀਡਰ ਹਰਿਆਣਾ ਦੇ ਹੈਗੇ। ਪੰਦੇਰ ਸਾਹਿਬ ਕੀ ਪ੍ਰੋਗਰਾਮ ਰੱਖਿਆ ਗਿਆ ਸੀ ਔਰ ਹੁਣ ਅੱਗੇ ਦਾ ਕੀ ਪ੍ਰੋਗਰਾਮ ਰਹਿਣ ਵਾਲਾ? ਇਸ ਵੇਲੇ ਤੁਸੀਂ ਇੱਥੇ ਇਕੱਠੇ ਹੋਏ ਹੋ? ਆ ਦੇਖੋ, ਅਸੀਂ ਨਾ ਹੁਣ ਸਰਕਾਰ ਨਾਲ ਗੱਲ ਕਰ ਰਹੇ ਹਾਂ ਵੀ ਸਾਡਾ ਤਾਂ SP ਵਾਲਾ ਪ੍ਰੋਗਰਾਮ ਤਾਂ ਰੱਦ ਹੋ ਗਿਆ, ਇਹ ਮੁੰਡਾ ਛੱਡਤਾ ਸਾਡਾ। ਦੇਖੋ ਹੁਣ ਸੀਗਾ ਵੀ ਮੰਡੀ ਜਾਈਏ ਤੇ ਸਾਰੇ ਇਕੱਠੇ ਹੋ ਕੇ ਤੇ ਉਹਦਾ ਸਨਮਾਨ ਕਰਕੇ ਉਹਨੂੰ ਸ਼ੰਭੂ ਬਾਰਡਰ ਤੇ ਲੈ ਕੇ ਜਾਈਏ, ਠੀਕ ਆ? ਇਹ 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 ਗੱਲ ਕਰਨੀ ਸੀ। ਹੁਣ ਸਾਡੀ SP ਅੰਬਾਲਾ ਨਾਲ ਗੱਲਬਾਤ ਹੋਈ ਆ ਵੀ ਚੰਡੀਗੜ੍ਹ ਗੱਲ ਕਰੋ, ਸਾਡੇ ਗ੍ਰਿਫਤਾਰ ਕੀਤੇ ਆਗੂ ਛੱਡ ਦਿਓ, ਠੀਕ ਆ, ਔਰ ਸਾਨੂੰ ਮੰਡੀ ਚ ਪ੍ਰੋਗਰਾਮ ਕਰਕੇ ਵਾਪਸ ਸ਼ੰਭੂ ਜਾਣ ਦਿਓ। ਸਾਡਾ ਇਹੀ ਪ੍ਰੋਗਰਾਮ ਆ, ਹੋਰ ਕੋਈ ਪ੍ਰੋਬਲਮ ਨਹੀਂ। ਤੁਹਾਨੂੰ ਕੋਈ ਖਤਰਾ ਸਾਡੇ ਤੋਂ ਵੀ ਲਾਂਡ ਆਰਡਰ ਦਾ ਮਸਲਾ ਖੜਾ ਕਰਾਂਗੇ, ਕੁਝ ਵੀ ਅਜਿਹਾ ਕਰਾਂਗੇ, ਤੁਸੀਂ ਸਾਡੇ ਨਾਲ ਗੱਲ ਕਰ ਲਓ। ਹੁਣ ਉਹ ਕਹਿ ਰਹੇ ਵੀ ਮੈਂ ਚੰਡੀਗੜ੍ਹ ਗੱਲ ਕਰਦਾ। ਅੱਛਾ, ਮੰਡੀ ਦਾਣਾ ਮੰਡੀ ਤੁਸੀਂ ਅੰਬਾਲਾ ਦੀ ਗੱਲ ਕਰ ਰਹੇ ਸੀ ਤਾਂ ਉੱਥੇ ਜਾਣ ਤੋਂ ਰੋਕਿਆ ਗਿਆ ਫਿਰ? ਹਾਂ ਦੇਖੋ, ਉੱਥੇ ਗਏ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਵਾ, ਲਗਭਗ ਅੰਬਾਲਾ ਸਾਰਾ ਸੀਲ ਕੀਤਾ ਹੋਇਆ ਵੀ ਉਹਨਾਂ ਨੇ ਕਿਹਾ ਵੀ ਸਰਕਾਰ ਦੇ ਨਿਰਦੇਸ਼ ਆ, ਚਲੋ ਪੁਲਿਸ ਦੇ ਤਾਂ ਨਹੀਂ, ਹਰਿਆਣਾ ਸਰਕਾਰ ਦੇ ਨਿਰਦੇਸ਼ ਆ ਵੀ ਇਹਨਾਂ ਨੂੰ ਅੰਬਾਲੇ ਦਾਖਲ ਹੋਣ ਨਹੀਂ ਦੇਣਾ। ਹਾਂ, ਤੇ ਉਹਨਾਂ ਨੇ ਦਾਖਲ ਕਰੇ ਚਲੇ, ਦਾਖਲ ਨਹੀਂ ਹੋਣ ਦਿੱਤਾ ਹੈਗਾ। ਅੱਛਾ, ਕਿੰਨੇ ਕੁ ਲੋਕ ਜਿਹੜੇ ਕਿਹੜੇ ਕਿਹੜੇ ਆਗੂ ਗ੍ਰਿਫਤਾਰ ਕੀਤੇ ਗਏ ਨੇ? ਦੇਖੋ, ਵੱਡੇ ਆਗੂਆਂ ਚ ਅਮਰਜੀਤ ਸਿੰਘ ਜੀ ਮੋੜੀ ਆ,
ਜਸਵਿੰਦਰ ਸਿੰਘ ਜੀ ਲੌਂਗੋਵਾਲ ਆ ਪੰਜਾਬ ਤੋਂ, ਰਣਜੀਤ ਸਿੰਘ ਜੀ ਰਾਜੂ ਰਾਜਸਥਾਨ ਤੋਂ, ਇਹ ਤਿੰਨ ਲੀਡਰ ਨੇ ਮੇਨ ਉਹਨਾਂ ਚ, ਬਾਕੀ ਵੀ ਲੀਡਰ ਹਰਿਆਣਾ ਦੇ ਹੈਗੇ।